ਫਾਈਲ ਬਣਾਈ ਹੈ ਮੈਂ ਜਿੰਦਾ ਹੂੰ। ਇਹ ਸਾਹਮਣੇ ਖੜੇ ਨੇ ਜਿੰਦਾ ਹੂੰ, ਲੈ ਕੇ ਖੜੇ ਨੇ ਕਿ ਮੈਂ ਜਿੰਦਾ ਹੂੰ। ਇਹ ਕਾਗਜ਼ ਹੈ, ਆ ਫੜੀਓ ਬਾਈ ਜੀ। ਇਹ ਦੇਖ ਸਕਦੇ ਤੁਸੀਂ ਕਿ ਕੀਰਤਪੁਰ ਸਾਹਿਬ ਦੇ ਵਿੱਚ ਫੁੱਲ ਵੀ ਤਾਰ ਦਿੱਤੇ ਗਏ ਇਹਨਾਂ ਦੇ, ਇਹਨਾਂ ਦੇ ਜਿੰਦੇ ਦੇ ਫੁੱਲ ਤਾਰ ਦਿੱਤੇ ਗਏ। ਹੱਸੋਗੇ ਤੁਸੀਂ ਕਿ ਅੱਗੇ ਅੱਗੇ ਤੁਹਾਨੂੰ ਦਿਖਾਉਂਦੇ ਹਾਂ ਕਾਗਜ਼। ਇਹ ਮਰੇ ਹੋਏ ਦੀ ਇੰਟਰਵਿਊ ਤਾਂ ਨਹੀਂ ਲੈ ਰਿਹਾ ਮੈਂ ਕਿੱਥੇ? ਪਟਵਾਰੀ ਸੀ ਉਹ ਵੀ ਫਸ ਗਿਆ ਜੀ। ਜਾਲੀ ਕੋਈ ਹਸਤੀਆਂ ਨੀ ਪਈਆਂ ਜੀ, ਕੀਰਤਪੁਰ ਵਾਲਿਆਂ ਨੇ ਵੀ ਕਹਿ ਦਿੱਤਾ ਜਾਲੀ ਹੈ ਜੀ। ਅੱਛਾ, ਹੋਰ ਦੱਸੋ ਜੀ ਪਵਨ ਕੁਮਾਰ ਕਿਹੜਾ ਮਰਿਆ ਸੀਗਾ ਜਿਹਦੇ ਕੋਲ ਤਾਰ ਤੇ? ਉਹ ਨਹੀਂ, ਮੈਂ ਤਾਂ ਜਾਣਦਾ ਹੀ ਨਹੀਂ। ਫਿਰ ਤੁਸੀਂ ਜਿੰਦਾ ਹੋ, ਫਿਰ ਤੁਹਾਨੂੰ ਮਾਰ ਕਿਉਂ ਦਿੱਤਾ ਗਿਆ? ਕਿਹੜੀ ਜ਼ਮੀਨ ਹੜਪਣੀ ਸੀਗੀ? ਯੂਪੀ ਵਾਲੀ ਸਾਰੀ ਜ਼ਮੀਨ, ਜ਼ਮੀਨ ਇਹਦੀ ਹੜਪ ਲਵਾਂ? ਹਾਂ, ਮੈਂ ਆਉਂਦਾ ਜਾਂਦਾ ਨਹੀਂ ਸੀ, ਮੈਂ ਮਿਹਨਤ ਮਜ਼ਦੂਰੀ ਕਰਨ ਵਾਲਾ। ਮੈਨੂੰ ਤਾਂ ਆ ਨਹੀਂ ਸਮਝ ਆਈ ਉਹ ਕਿਹੜਾ ਕੌਣ ਸੀਗਾ, ਪਵਨ ਕੁਮਾਰ ਕੌਣ ਹੈ ਉਹ? ਮੈਂ ਤਾਂ ਪਤਾ ਹੀ ਨਹੀਂ, ਮੈਂ ਅਸਲੀ ਪਵਨ ਮੈਂ ਕੁਮਾਰ, ਮੈਂ ਆਧਾਰ ਕਾਰਡ ਮੇਰੇ ਕੋਲ, ਲੇਬਰ ਕਾਰਡ ਮੇਰੇ ਕੋਲ ਹੈ। ਸਾਰਾ ਕੁਝ ਬਾਈ ਜੀ ਹੋਣ ਦੇ ਬਾਵਜੂਦ ਵੀ ਤੁਸੀਂ ਤਾਂ ਡੀਸੀ ਦਫ਼ਤਰ ਧੱਕੇ ਖਾ ਰਹੇ ਹੋ, ਕੀ ਹੋ ਰਿਹਾ? ਕੁਛ ਹੱਕ ਮਿਲ ਗਿਆ? ਨਹੀਂ, ਮੈਨੂੰ ਕੁਛ ਨਹੀਂ ਮਿਲਿਆ। ਲੁਧਿਆਣਾ ਲਾਈਵ ਦੇਖਣ ਵਾਲੇ ਤਮਾਮ ਦਰਸ਼ਕਾਂ ਦਾ ਸਵਾਗਤ ਹੈ। ਮੈਂ ਵਿਸ਼ਾਲ ਕਪੂਰ, ਲੁਧਿਆਣਾ ਸ਼ਹਿਰ ਦੀ ਗੱਲ ਕੀਤੀ ਜਾਵੇ ਤਾਂ ਲੁਧਿਆਣਾ ਸ਼ਹਿਰ ਦੇ ਵਿੱਚ ਕਈ ਐਸੇ ਪਹਿਲੂ ਦੇਖਣ ਨੂੰ ਮਿਲਦੇ ਆ ਕਿ ਬੰਦਾ ਜਿੰਦਾ ਹੋਵੇ ਤਾਂ ਉਹਨੂੰ ਮਰਿਆ ਘੋਸ਼ਿਤ ਵੀ ਕਰ ਦਿੱਤਾ ਜਾਂਦਾ ਵਾ। ਲੁਧਿਆਣਾ ਸ਼ਹਿਰ ਦੇ ਵਿੱਚ ਵੱਖ ਵੱਖ ਤੁਹਾਨੂੰ ਇੱਦਾਂ ਦੇ ਵੀ ਚੀਜ਼ਾਂ ਦੇਖਣ ਨੂੰ ਮਿਲਣਗੀਆਂ ਕਿ ਬੰਦਾ ਚੱਲਦਾ ਹੋਵੇ ਤਾਂ ਉਹਨੂੰ ਆਹ ਨਾ ਦੱਸਿਆ ਜਾਵੇ ਕਿ ਤੈਨੂੰ ਭਾਈ ਤੇਰਾ ਤੈਨੂੰ ਅਟੈਕ ਆ ਗਿਆ, ਤੂੰ ਹਸਪਤਾਲ ਦੇ ਵਿੱਚ ਦਾਖਿਲ ਪਿਆ, ਤੂੰ ਜਿੰਦਾ ਕਿੱਦਾਂ ਚੱਲ ਰਿਹਾ ਵਾ। ਲੁਧਿਆਣਾ ਸ਼ਹਿਰ ਹੁਣ ਪਾਪੂਲਰ ਹੋ ਚੁੱਕਾ ਹੋਇਆ। ਲੁਧਿਆਣਾ ਸ਼ਹਿਰ ਦੇ ਵਿੱਚ ਇੱਕ ਬੰਦਾ ਜਿੰਦਾ ਹੈ, ਪਵਨ ਕੁਮਾਰ। ਇਹ ਵਿਚਾਰੇ ਨੇ ਫਾਈਲ ਬਣਾਈ, ਬਜ਼ੁਰਗ ਨੇ ਸਾਡੇ, ਇਹ ਫਾਈਲ ਬਣਾਈ ਹੈ ਮੈਂ ਜਿੰਦਾ ਹੂੰ। ਇਹ ਸਾਹਮਣੇ ਖੜੇ ਨੇ ਜਿੰਦਾ ਹੂੰ, ਲੈ ਕੇ ਖੜੇ ਨੇ ਕਿ ਮੈਂ ਜਿੰਦਾ ਹੂੰ। ਇਹ ਕਾਗਜ਼ ਹੈ, ਆ ਫੜੀਓ ਬਾਈ ਜੀ। ਇਹ ਦੇਖ ਸਕਦੇ ਤੁਸੀਂ ਕਿ ਕੀਰਤਪੁਰ ਸਾਹਿਬ ਦੇ ਵਿੱਚ ਫੁੱਲ ਵੀ ਤਾਰ ਦਿੱਤੇ ਗਏ ਇਹਨਾਂ ਦੇ, ਇਹਨਾਂ ਦੇ ਜਿੰਦੇ ਦੇ ਫੁੱਲ ਤਾਰ ਦਿੱਤੇ ਗਏ। ਹੱਸੋਗੇ ਤੁਸੀਂ ਕਿ ਅੱਗੇ ਅੱਗੇ ਤੁਹਾਨੂੰ ਦਿਖਾਉਂਦੇ ਹਾਂ ਕਾਗਜ਼? ਕੀਰਤਪੁਰ ਸਾਹਿਬ ਇਹਨਾਂ ਦੇ ਫੁੱਲ ਤਾਰ ਦਿੱਤੇ ਗਏ, ਐਪਲੀਕੇਸ਼ਨ ਵੀ ਦਿੱਤੀ, ਅਤੇ ਇਹਨਾਂ ਨੇ ਐਪਲੀਕੇਸ਼ਨ ਵੀ ਦਿੱਤੀ। ਇਹ ਤੁਹਾਨੂੰ ਡੈੱਡ ਵੀ ਘੋਸ਼ਿਤ ਕਰ ਦਿੱਤਾ ਗਿਆ ਜੀ, ਹੈਂ? ਇਹ ਤੁਸੀਂ ਹੋ? ਹਾਂਜੀ, ਮੈਂ। ਇਹ ਮਰੇ ਹੋਏ ਦੀ ਇੰਟਰਵਿਊ ਤਾਂ ਨਹੀਂ ਲੈ ਰਿਹਾ ਮੈਂ ਕਿੱਥੇ? ਨਹੀਂ, ਮਰਿਆ ਹੀ ਹੋਇਆ ਇਸ ਟਾਈਮ ਤਾਂ। ਉਹ ਬਾਬੂ ਜੀ ਡੈਥ ਸਰਟੀਫਿਕੇਟ ਬਣਾ ਦਿੱਤਾ ਤੁਹਾਡਾ? ਹਾਂਜੀ, ਮਰੇ ਦਾ 2015 'ਚ। ਉਹ ਮੈਂ ਤਾਂ ਪੜ੍ਹ ਲਿਆ 2016-3-2015 ਤੁਸੀਂ ਮਰ ਗਏ, ਅਤੇ 2024 ਦੇ ਕਿੱਦਾਂ ਆ ਗਏ ਤੁਸੀਂ? ਮੈਂ ਤਾਂ ਸ਼ਮਸ਼ਾਨ ਘਾਟ ਤੋਂ ਉੱਠ ਕੇ ਆਇਆ। ਇਹ ਕੋਈ ਯਾਰੀ ਸੀਗੀ ਤੁਹਾਡੀ ਯਮ ਜੀ ਨਾਲ, ਯਮਰਾਜ ਜੀ ਨਾਲ ਯਾਰੀ ਸੀ? ਹਾਂਜੀ, ਦੇਖ ਲਓ ਯਾਰੀ ਸੀ। ਪਤਾ ਨਹੀਂ ਗੁਰੂ ਮਹਾਰਾਜ ਨੇ ਭੇਜਿਆ। ਉਹ ਮਹਾਰਾਜ ਨੇ ਤਾਂ ਚਲੋ ਭੇਜਤਾ, ਲੇਕਿਨ ਇਹਨਾਂ ਨੇ ਤੁਹਾਡੇ ਸਾਰਾ ਕੁਛ ਹੀ ਬਣਾਤਾ ਬਾਈ ਜੀ। ਆਹ ਲਓ ਜੀ, ਕਮਿਸ਼ਨਰ ਔਫ ਪੁਲਿਸ ਨੂੰ ਵੀ ਇੱਕ ਲੈਟਰ ਦਿੱਤੀ ਹੋਈ ਹੈ ਜੀ, ਮੈਂ ਜਿੰਦਾ ਹੂੰ। ਇਹ ਦੇਖੋ, ਤੁਹਾਨੂੰ ਦਿਖਾ ਰਹੇ ਹਾਂ, ਕਾਪੀਆਂ ਦਿਖਾ ਰਹੇ ਹਾਂ ਜੋ ਦਿੱਤੀਆਂ ਇਹਨਾਂ ਨੇ। ਅੱਗੇ ਤੁਹਾਨੂੰ ਹੋਰ ਵੀ ਚੀਜ਼ਾਂ ਦਿਖਾਵਾਂਗਾ। ਇੱਕ ਨਾਲ ਲੈਟਰ ਖਤਮ ਹੋ ਜਾਵੇ, ਵਿਚਾਰੇ ਨੇ ਕਿੰਨੀ ਚੌੜੀ ਲੰਬੀ ਲੈਟਰ ਲਿਖੀ ਹੈ ਕਿ ਆਪਣਾ ਹੱਕ ਲੈਣ ਵਾਸਤੇ ਕਿ ਜਗ੍ਹਾ ਜੁਗ੍ਹਾ ਦਾ ਵੀ ਕਬਨ ਕਰ ਲਿਆ। ਇਹਨਾਂ ਲਿਖਿਆ ਦਿੱਤਾ ਰਿਕਾਰਡ 'ਚ ਨਹੀਂ ਹੈਗਾ। ਲਓ ਜੀ, ਇਹਨਾਂ ਦਾ ਲਿਖਤਾ ਕਿ ਰਿਕਾਰਡ 'ਚ ਸਾਡੇ ਕੋਲ ਪਵਨ ਕੁਮਾਰ ਨਾਮ ਦਾ ਕੋਈ ਬੰਦਾ ਹੀ ਨਹੀਂ ਹੈਗਾ। ਇਹਦੇ 'ਚ ਲੋਕਲ ਡੇ ਕਾਰਪੋਰੇਸ਼ਨ 'ਚ? ਹਾਂਜੀ, ਕਾਰਪੋਰੇਸ਼ਨ ਦਾ ਕਪਲਾ। ਹਾਂ, ਉਹ ਫਿਰ ਉਸ ਤੋਂ ਬਾਅਦ ਸਰਟੀਫਿਕੇਟ ਜਾਲੀ ਕਰ ਦਿੱਤਾ। ਮਰ ਗਿਆ ਤੁਸੀਂ? ਹਾਂ, ਇੱਕ ਜਿੰਦੇ ਹੋ ਇਹਦੇ ਕੋਲ। ਅੱਛਾ, ਤੁਸੀਂ ਜਿੰਦੇ ਵੀ ਹੋ ਗਏ? ਹਾਂ, ਫਿਰ ਇਹਨਾਂ ਨੇ ਲਿਖਿਆ ਕਿ ਸਾਡੇ ਰਿਕਾਰਡ ਵਿੱਚ ਨਹੀਂ ਹੈ, ਫਿਰ ਇਹਨਾਂ ਨੇ ਔਨਲਾਈਨ ਚੜਾ ਦਿੱਤਾ ਜੀ। ਅੱਛਾ, ਤੁਸੀਂ ਜਿੰਦੇ ਹੋ? ਮਰੇ ਹੈਗੇ। ਅੱਛਾ, ਔਨਲਾਈਨ ਵੀ ਚੜਾ ਦਿੱਤਾ ਜੀ ਇਹਨਾਂ ਨੇ? ਅੱਛਾ, ਔਨਲਾਈਨ 'ਚ ਮਾਰ ਦਿੱਤਾ ਮੈਨੂੰ। ਇੱਕ ਤਾਂ ਕਾਗਜ਼ 'ਚ ਮਾਰਿਆ ਸੀ ਅਤੇ ਔਨਲਾਈਨ ਵੀ ਮਾਰ ਦਿੱਤਾ? ਹਾਂਜੀ ਯਾਰ, ਹਾਸਾ ਹੀ ਆਉਂਦਾ। ਕਾਰਪੋਰੇਸ਼ਨ ਨਕੰਮੀ ਕਾਰਪੋਰੇਸ਼ਨ, ਨਕੰਨੇ ਨਕੰਮੇ। ਦੇਖ ਲਓ ਜੀ, ਆ ਤੁਸੀਂ ਜਿੰਦੇ ਹੋ ਉੱਥੇ ਜੀ? ਨਹੀਂ, ਇੱਥੇ ਮੇਰੀ ਫੋਟੋ ਨਹੀਂ ਹੈਗੀ। ਆ ਤੁਹਾਡੀ ਫੋਟੋ ਹੈ ਹੀ ਨਹੀਂ ਜੀ? ਮੈਂ ਤੁਹਾਨੂੰ ਕਹਿ ਰਿਹਾ ਤੁਸੀਂ ਜਿੰਦੇ ਹੋ। ਹਾਂ, ਅਟੋਰਨਿੰਗ ਵਿੱਚ ਵੀ ਬਣਾ ਲਿਆ ਦੋ। ਪਵਨ ਕੁਮਾਰ ਕੌਣ ਹੈ?
ਪਤਾ ਨਹੀਂ ਕੌਣ ਹੈ, ਇਹਨੇ ਜਾਲੀ ਰਿਸ਼ਤੀਆਂ ਬਣਾ ਲਈਆਂ, ਪਾਣੀ ਦਾ ਬਿੱਲ ਆਪਣੇ ਨੋ ਕਰਾ ਲਿਆ, ਮਤਲਬ ਤਹਿਸੀਲਦਾਰ ਵੀ ਫਸ ਗਿਆ, ਦੇਖ ਲਓ ਆਣ ਕੋ ਵੀ ਫਸ ਗਿਆ, ਜਿਹੜਾ ਪਟਵਾਰੀ ਸੀ ਉਹ ਵੀ ਫਸ ਗਿਆ ਜੀ, ਮਰੇ ਬੰਦੇ ਨੂੰ ਜਿੰਦ ਰਿਸ਼ਤੀਆਂ ਕਰਤੀਆਂ, ਹਾਂ ਦੋ ਰਿਸ਼ਤੀਆਂ ਕਰਤੀਆਂ ਇਹਨਾਂ ਨੇ, ਹੱਦ ਹੁੰਦੀ ਹੈ ਸਰਕਾਰ ਦੀ, ਸਰਕਾਰ ਦੇ ਮੁਲਾ ਲਓ ਜੀ ਸਾਰੇ, ਇਹ ਤਹਿਸੀਲਦਾਰ ਸਾਹਿਬ ਨੇ ਫੋਟੋ ਖਿਚਾਈ ਹੋਣੀ, ਬੜੇ ਖਬੂਬੀ ਤਰੀਕੇ ਨਾਲ ਪਵਨ ਕੁਮਾਰ ਖੜਾ, ਜਿਹੜਾ ਗਵਾਹ ਹੈਗਾ ਵਾ ਉਹ ਨਹੀਂ ਹੈ, ਜਾਲੀ ਪਵਨ ਕੁਮਾਰ, ਹਾਂ ਜਾਲੀ ਪਵਨ ਕੁਮਾਰ ਦੀ ਗੱਲ ਕਰਦਾ ਜੀ ਮੈਂ, ਜਾਲੀ ਪਵਨ ਕੁਮਾਰ ਆ ਫੋਟੋ ਨਾਲ ਹੁੰਦੀ ਤਹਿਸੀਲਦਾਰ ਸਾਹਿਬ ਦੇ, ਲਓ ਜੀ ਮੇਰੇ ਕੌਂਸਲ ਸਾਹਿਬ ਦਾ ਵੀ ਲੈਟਰ ਪਿਆ, ਰਕੇਸ਼ ਸ਼ਰਮਾ ਜੀ, ਹਾਂਜੀ ਇਹਨਾਂ ਵੀ ਲਿਖਤਾ ਕਿ ਤੁਸੀਂ ਹੈ ਨਹੀਂ ਗਏ, ਨਹੀਂ ਹੈ ਨਹੀਂ, ਪਾਣੀ ਦਾ ਬਿੱਲ ਨੋ ਚੜਾਇਆ ਜਾਵੇ, ਫਿਰ ਵੀ ਨਹੀਂ ਚੜਾਇਆ ਉੱਥੇ ਉਹਨਾਂ ਨੇ, ਅੱਛਾ ਹਾਂ ਮੇਰੇ ਸਾਰੇ ਆਧਾਰ ਕਾਰਡ ਸਾਰੇ ਦੇਖ ਲਓ ਪੁਰਾਣੇ, ਸਰ ਤੁਸੀਂ ਤਾਂ ਪੂਰੀ ਨੱਥੀ ਲੈ ਕੇ ਫਿਰੀ ਜਾਂਦੇ ਹੋ, ਆਧਾਰ ਕਾਰਡ ਵੀ ਆਪਣੇ ਲੈ ਕੇ ਫਿਰੀ ਜਾਂਦੇ ਹੋ, ਆਧਾਰ ਕਾਰਡ ਸਾਰਾ ਸਾਰਾ ਕੁਛ ਤੁਸੀਂ ਲੈ ਕੇ ਫਿਰਦੇ ਪਏ ਹੋ, ਆਈਡੈਂਟੀ ਕਾਰਡ ਵੀ ਤੁਸੀਂ ਆਪਣਾ ਲੈ ਕੇ ਫਿਰਦੇ ਪਏ ਹੋ, ਹਾਂਜੀ ਦੇਖ ਲਓ, ਅਤੇ ਪਵਨ ਜੀ ਮੈਨੂੰ ਇੱਕ ਗੱਲ ਦੱਸੋ, ਕਰੋਨਾ ਸੀ ਨਾ, ਹਾਂਜੀ ਬਹੂਆਂ ਨੇ ਖੁਦ ਬਣਾ ਕੇ ਦਿੱਤਾ ਮੈਨੂੰ, ਹਾਂ 2020 ਦੇ ਵਿੱਚ, ਹਾਂ ਆਈਡੈਂਟੀ ਕਾਰਡ 2020 ਅਤੇ 21 ਦੇ ਵਿੱਚ, ਹਾਂਜੀ ਲਓ ਜੀ ਆਹ ਵੀ ਕਾਰਡ ਹੈਗਾ ਲੋਕਲ ਰਜਿਸਟਰ ਜਨਮ ਅਤੇ ਮੌਤ, ਹਾਂ ਐਸ ਡੀ ਐਮ ਸਾਹਿਬ ਕੋਲ ਵੀ ਗਿਆ, ਅੱਛਾ ਉਹ ਕਹਿੰਦੇ ਮੈਂ ਕਿਹਾ ਤਰੀਕ ਹੈ, ਕਹਿੰਦੇ ਤੂੰ ਜੱਜ ਸਾਹਿਬ ਨੂੰ ਚਪੇੜ ਮਾਰਦੇ, ਮੈਂ ਕਿਹਾ ਮੈਂ ਕੀ ਚੀਜ਼ ਹੈ, ਮਾਮੂਲੀ ਚੀਜ਼ ਹੈ, ਮੈਂ ਕਿਉਂ ਮਾਰਾਂ, ਨਹੀਂ ਨਹੀਂ ਸਰ ਤੁਹਾਡੇ ਨਾਲ ਮੈਂ ਸਵਾਲ ਤਾਂ ਬੜੇ ਕਰਨੇ ਆ, ਮੈਂ ਫਾਈਲ ਤਾਂ ਦੇਖ ਲਾਂ ਤੁਹਾਡੀ, ਆਹ ਫੜੋ ਤੁਸੀਂ ਆਪਣੀ ਫਾਈਲ, ਮੈਂ ਅਭੀ ਜ਼ਿੰਦਾ ਹੂੰ, ਮੈਂ ਦੇਖ ਲਈ ਜੀ ਤੁਸੀਂ ਅਜੇ ਜ਼ਿੰਦਾ ਹੋ, ਸਾਡੇ ਸਾਹਮਣੇ ਖੜ੍ਹੇ ਹੋਏ ਹੋ, ਯਾਰ ਬਾਈ ਮੈਨੂੰ ਇੱਕ ਗੱਲ ਦੱਸੋ ਪਵਨ ਜੀ, ਤੁਸੀਂ ਬਜ਼ੁਰਗ ਹੋ, ਇੱਕ ਬਣਾਇਆ ਕਿੱਦਾਂ ਗਿਆ ਤੁਹਾਨੂੰ ਮਰਿਆ ਹੋਇਆ, ਕਿੱਥੇ ਤੁਹਾਡਾ, ਕਿੱਥੇ ਤੁਹਾਡਾ ਸੰਸਕਾਰ ਕੀਤਾ ਗਿਆ, ਤੁਹਾਨੂੰ ਕਿੱਥੇ ਜਲਾਇਆ ਗਿਆ, ਤੁਹਾਡੀ ਅਸਥੀਆਂ ਕਿੱਥੇ ਬਹਾਈਆਂ ਗਈਆਂ, ਜਾਲੀ ਕੋਈ ਅਸਥੀਆਂ ਨਹੀਂ ਪਈਆਂ ਜੀ, ਕੀਰਤਪੁਰ ਵਾਲਿਆਂ ਨੇ ਵੀ ਕਹਿਤਾ ਜਾਲੀ ਹੈ ਜੀ, ਅੱਛਾ ਹੋਰ ਦੱਸੋ ਜੀ, ਤੇ ਉਹ ਪਵਨ ਕੁਮਾਰ ਕਿਹੜਾ ਮਰਿਆ ਸੀਗਾ ਜਿਹਦੇ ਫੁੱਲ ਤਾਰ ਤੇ, ਕੌਣ ਹੈ ਜੀ, ਮੈਂ ਤਾਂ ਜਾਣਦਾ ਹੀ ਨਹੀਂ, ਕਿੰਨੀ ਜਗ੍ਹਾ ਜੀ ਤੁਹਾਡੀ, 5.5 ਵਿਘੇ ਜ਼ਮੀਨ ਹੈ ਇੱਧਰ ਮੁਜ਼ੱਫਰ ਨਗਰ ਦਾਦਲਾ ਜੀ, ਉਹਨੇ ਪਾਣੀ ਦਾ ਬਿੱਲ ਆਪਣੇ ਨੌ ਚੜਾ ਲਿਆ, ਰਮਾ ਦੇਵੀ, ਮੁਹੰਮਦ ਸ਼ਾਕਿਰ ਹੈ, ਮਲਕੀਤ ਰਾਏ ਹੈ, ਤੇ ਹੋਰ ਆਪਣਾ ਗੁੱਡੂ ਹੈ, ਸਾਰਾ ਇਹ 'ਚ ਸਾਰਾ ਲਿਖਿਆ ਹੋਇਆ, ਲੁਧਿਆਣੇ ਕਿੱਥੇ ਰਹਿ ਰਹੇ ਹੋ, ਲੁਧਿਆਣੇ ਕੈਲਾਸ਼ ਨਗਰ ਸ਼ਿਮਲਾ ਕਲੋਨੀ, ਉੱਥੇ ਲੋਕ ਜਾਣਦੇ ਤੁਹਾਨੂੰ ਤੁਸੀਂ ਜਿੰਦਾ, ਮੇਰੇ ਕੌਂਸਲਰ ਜਾਣਦਾ ਰੱਖੇ ਆਪਣਾ ਰਕੇਸ਼ ਕੌਂਸਲ ਜਾਣਦਾ, ਨੀਲਮ ਸ਼ਰਮਾ ਦਾ ਘਰ ਵਾਲਾ, ਹਾਂਜੀ ਹਾਂਜੀ ਠੀਕ ਹੈ ਜੀ, ਸਾਈਕਲ ਮੇਰਾ ਪੜੋਸੀ ਹੈ, ਫਿਰ ਤੁਸੀਂ ਜਿੰਦਾ ਹੋ ਫਿਰ ਤੁਹਾਨੂੰ ਮਾਰ ਕਿਉਂ ਦਿੱਤਾ ਗਿਆ, ਕਿਹੜੀ ਜ਼ਮੀਨ ਹੜੱਪਣੀ ਸੀਗੀ, ਯੂਪੀ ਵਾਲੀ ਕਿਸਾਨੀ ਜ਼ਮੀਨ, ਜ਼ਮੀਨ ਇਹਦੀ ਹੜੱਪ ਲਵਾਂ, ਮੈਂ ਆਉਂਦਾ ਜਾਂਦਾ ਨਹੀਂ ਸੀ, ਮੈਂ ਇੱਕ ਮਿਹਨਤ ਮਜ਼ਦੂਰੀ ਕਰਨ ਵਾਲਾ, ਬੱਚੇ ਪਾਲਾਂ ਕਿ ਯੂਪੀ ਦਾ ਬਾਬਾ ਬੈਠਾ, ਬਾਬੇ ਨੂੰ ਦਿਖਾ ਕੇ ਆਓ, ਕੀ ਕਰਾਂ ਮੈਂ ਕਿਤੇ, ਮੈਨੂੰ ਕੀ ਪਤਾ ਕਿੱਥੇ ਬਾਬਾ ਜੀ ਵੀ ਬੈਠੇ ਨੇ, ਕਿਤੇ ਕੌਣ ਬੈਠਾ, ਯੋਗੀ ਦਿੱਤੇ ਨਾਥ, ਹਾਂਜੀ ਮੈਨੂੰ, ਮੇਰੇ ਕੋਈ ਪਤਾ ਨਹੀਂ, ਮੈਂ ਤਾਂ ਆਪਣਾ ਜੇ ਦਿਹਾੜੀ ਤੋੜਾਂਗਾ, ਬੱਚੇ ਕਿੱਥੋਂ ਪਾਲਾਂਗਾ, ਉਹ ਬਾਈ ਜੀ ਤੁਸੀਂ ਜਿੰਦਾ ਹੋ, ਤੁਹਾਨੂੰ ਆਪ ਨੂੰ ਯਕੀਨ ਹੋ ਰਿਹਾ ਤੁਸੀਂ ਮਰੇ ਨਹੀਂ ਹੋ, ਜਿੰਦਾ ਹੋ, ਹਾਂਜੀ ਸੰਸਕਾਰ ਤੁਹਾਡਾ ਹੋ ਚੁੱਕਾ ਹੋਇਆ ਤੁਹਾਨੂੰ ਪਤਾ, ਦੇਖ ਲਓ ਤੁਹਾਡੀ ਅਸਥੀਆਂ ਵੀ ਪਵਾ ਦਿੱਤੀਆਂ ਗਈਆਂ ਨੇ, ਹਾਂਜੀ ਉਹ ਵੀ ਜਾਲੀ ਇੱਕ ਸਰਟੀਫਿਕੇਟ, ਮੈਨੂੰ ਤਾਂ ਆਹ ਨਹੀਂ ਸਮਝ ਆਈ ਉਹ ਕਿਹੜਾ ਕੌਣ ਸੀਗਾ, ਪਵਨ ਕੁਮਾਰ ਕੌਣ ਹੈ ਉਹ, ਕਹਿੰਦਾ ਪਤਾ ਨਹੀਂ, ਮੈਂ ਤਾਂ ਮੈਂ ਅਸਲੀ ਪਵਨ ਮੈਂ ਕੁਮਾਰ, ਮੈਂ ਆਧਾਰ ਕਾਰਡ ਮੇਰੇ ਕੋਲ ਹੈ, ਹਾਂ ਲੇਬਰ ਕਾਰਡ ਮੇਰੇ ਕੋਲ ਹੈ, ਇਸ ਤਰ੍ਹਾਂ ਸਾਰਾ ਕੁਝ ਬਾਈ ਜੀ ਹੋਣ ਦੇ ਬਾਵਜੂਦ ਵੀ ਤੁਸੀਂ ਤਾਂ ਡੀਸੀ ਦਫ਼ਤਰ ਧੱਕੇ ਖਾ ਰਹੇ ਹੋ, ਕੀ ਹੋ ਰਿਹਾ, ਕੁਛ ਹੱਕ ਮਿਲ ਗਿਆ, ਨਹੀਂ ਮੈਨੂੰ ਕੁਛ ਨਹੀਂ ਮਿਲਿਆ, ਤੁਹਾਨੂੰ ਪਤਾ ਇਹ ਫਾਈਲ ਦੇ ਨਾਲ ਕਿੰਨੇ ਲੋਕ ਜਾਣਗੇ, ਉਹ ਕਾਰਪੋਰੇਸ਼ਨ ਦੇ ਕਿੰਨੇ ਮੁਲਾਜ਼ਮ ਦਗੜੇ ਜਾਣਗੇ ਜਿਨ੍ਹਾਂ ਨੇ ਤੁਹਾਨੂੰ ਜਿੰਦੇ ਨੂੰ ਮਰਿਆ ਘੋਸ਼ਿਤ ਕਰਤਾ, ਦੇਖ ਲਓ ਤੁਹਾਡੇ ਸਾਹਮਣੇ ਖੜਾ ਮੈਂ, ਕਿਹੜਾ ਕਿਹੜਾ ਚੋਣ ਪੈਂਦਾ ਤੁਹਾਨੂੰ ਜਿੱਥੇ ਡੈਥ ਸਰਟੀਫਿਕੇਟ ਲੈ ਕੇ ਆਏ ਤੁਸੀਂ, ਲੋਕਲ ਅੱਡਾ, ਲੋਕਲ ਅੱਡੇ ਕੋਲੋਂ, ਹਾਂ ਚੱਲਣ ਨੂੰ ਤਿਆਰ ਆ ਲੋਕਲ ਅੱਡੇ, ਜਦ ਮਰਜ਼ੀ ਲੈ ਜਾਓ ਮੈਨੂੰ, ਜਿਨ੍ਹਾਂ ਨੇ ਤੁਹਾਡਾ ਜਿੰਦੇ ਦਾ ਸਰਟੀਫਿਕੇਟ ਬਣਾ ਕੇ ਦਿੱਤਾ, ਹਾਂਜੀ ਸ਼ੰਮੀ ਸ਼ੰਮੀ, ਤੁਸੀਂ ਇਨਸਾਫ ਲਈ ਕਿੱਥੇ ਜਾ ਰਹੇ ਹੋ ਫਿਰ, ਹਾਂ ਮੈਂ ਐਸ ਡੀ ਐਮ ਸਾਹਿਬ ਕੋਲ ਵੀ ਗਿਆ ਸੀ ਹੁਣ, ਹਾਂਜੀ ਅਤੇ ਫਿਰ ਹੁਣ ਐਸ ਐਸ ਪੀ ਨੇ ਬੁਲਾਇਆ ਸੀ, ਐਸ ਐਸ ਪੀ ਨੇ ਇੱਧਰ ਇਹ ਦਫ਼ਤਰ, ਹਾਂਜੀ ਕੀ ਕਹਿੰਦੇ ਤੁਸੀਂ ਜਿੰਦਾ ਹੋ, ਹਾਂ ਕਹਿੰਦੇ ਮੈਂ ਤੇਰਾ ਇਨਸਾਫ ਦਿਲਾਵਾਂਗਾ, ਅੱਛਾ ਇਨਸਾਫ ਦਿਵਾਣਗੇ, ਕਿੰਨੇ ਦੇਰ ਹੋ ਗਈ ਤਾਂ ਭਟਕਦੇ ਨੂੰ, ਮੈਂ ਤਾਂ ਜੀ ਫਰਵਰੀ ਦਾ ਆ ਰਿਹਾ ਜੀ, 2005 2024 ਦਾ, ਅੱਛਾ ਜੀ ਹਾਂਜੀ,
2024 ਹਾਂ 5-2 ਦੂਸਰਾ ਮਹੀਨਾ ਫਰਵਰੀ ਦਾ 5 ਤਰੀਕ ਦੂਜਾ ਮਹੀਨਾ ਤੇ 2024 ਦੇ ਹਾਂ ਥੈਲੀ ਲੱਗੀ ਸੀ ਉਸ ਟਾਈਮ ਅੱਛਾ ਬਾਥਰੂਮ ਨਹੀਂ ਆ ਰਿਹਾ ਸੀ ਹੁਣੇ ਮੇਰਾ ਮਾਲਕ ਨੇ ਆਪਰੇਸ਼ਨ ਕਰਾਇਆ ਅੱਛਾ ਮਾਲਕ ਨਹੀਂ ਹੈਰਾਨ ਹੋਏ ਤੂੰ ਜਿੰਦਾ ਹੋ ਤਾਂ ਤੁਹਾਨੂੰ ਮਾਰਤਾ ਸਾਰਾ ਪਤਾ ਜੀ ਹਾਂ ਸਿਰਫ ਜ਼ਮੀਨ ਪਿੱਛੇ ਬਸ ਹੋਰ ਕੋਈ ਨਹੀਂ ਕੰਮ ਸੀਗਾ ਨਾ ਬਸ ਇਨਸਾਫ ਕੀ ਮੰਗ ਰਹੇ ਇੱਥੇ ਖੜਾ ਮੈਨੂੰ ਜਾਨ ਨੂੰ ਖਤਰਾ ਕਿਸ ਚੀਜ਼ ਦਾ ਤੁਹਾਨੂੰ ਮਾਰਨਾ ਦੇਣਾ ਹਾਂ ਬਸ ਤੁਹਾਡਾ ਅਸਲੀ ਸੰਸਕਾਰ ਨਾ ਕਰ ਦੇਣਾ ਬਸ ਕੌਣ ਨੇ ਉਹ ਲੋਕ ਉਹ ਉੱਥੇ ਦੇ ਰਹਿਣ ਵਾਲੇ ਹੀ ਹੈ ਮੁਸਲਮਾਨ ਤੁਸੀਂ ਦਰਖਾਸਤ ਦਿੱਤੀ ਲੋਕਲ ਅਫਸਰਾਂ ਨੂੰ ਲੁਧਿਆਣੇ ਦੇ ਇਹਨਾਂ ਨੂੰ ਦਿੱਤੀ ਕਮਿਸ਼ਨਰ ਸਾਹਿਬ ਨੂੰ ਦਿੱਤੀ ਹੋਈ ਹੈ ਕਮਿਸ਼ਨਰ ਸਾਹਿਬ ਬਹੁਤ ਨੇਕ ਦਿਲ ਇਨਸਾਨ ਹੈ ਇਨਸਾਫ ਜ਼ਰੂਰ ਦਿਵਾਉਣਗੇ ਤੁਹਾਨੂੰ ਸਾਡਾ ਅਸੀਂ ਪਰਸਨਲੀ ਤੌਰ 'ਤੇ ਮਿਲਦੇ ਹਾਂ ਰੱਬ ਰੂਪੀ ਇਨਸਾਨ ਨੇ ਉਹ ਸਹੀ ਗੱਲ ਹੈ ਉਹਨਾਂ ਨੇ ਮੈਨੂੰ ਲਿਖ ਦਿੱਤਾ ਜੀ ਪਹਿਲੇ 17-2-22 ਨੂੰ ਕਿ ਵੀ ਪਵਨ ਕੁਮਾਰ ਮੌਜੂਦ ਹੈ ਹਾਂਜੀ ਇਹ ਸਰਟੀਫਿਕੇਟ ਜਾਲੀ ਹੈ ਜੀ ਤਾਂ ਵੀ ਉਹਨਾਂ ਨੇ ਉੱਧਰ ਦੇ ਬੰਦਿਆਂ ਨੇ ਨਹੀਂ ਮੰਨਿਆ ਕਹਿੰਦੇ ਹੁਣ ਕਹਿੰਦੇ ਔਨਲਾਈਨ ਕਟਵਾ ਕੇ ਲਿਆ ਤਾਂ ਤੇਰਾ ਨੋਟ ਚੜਾਵਾਂਗੇ ਅਤੇ ਇਹ ਤਾਂ ਔਡਰ ਡੀਸੀ ਸਾਹਿਬ ਵੀ ਔਡਰ ਕਰ ਸਕਦੇ ਜਿਨ੍ਹਾਂ ਨੇ ਬਣਾਇਆ ਜਿੱਦਾਂ ਤੁਸੀਂ ਨਾਮ ਲੈ ਰਹੇ ਹੋ ਅਤੇ ਕਾਰਵਾਈ ਕਰਨ ਲਈ ਹਾਂਜੀ ਕਾਰਵਾਈ ਕੀਤੀ ਨਹੀਂ ਅਜੇ ਹਾਂ ਕਾਰਵਾਈ ਤਰੀਕਾ ਭੁਗਤ ਰਹੇ ਹਾਂ ਉੱਥੇ ਕਹਿੰਦੇ ਔਨਲਾਈਨ ਕਟਾ ਕੇ ਲਿਆ ਇੱਧਰ ਲੋਕਲ ਅੱਡੇ ਵਾਲੇ ਕਟਾ ਕੇ ਲਿਆ ਲੋਕਲ ਅੱਡੇ ਕਹਿੰਦੇ SDM ਸਾਹਿਬ ਕੋਲ ਜਾ ਉੱਧਰ ਜਾ ਇੱਧਰ ਮਤਲਬ ਤੁਸੀਂ ਇੱਥੇ ਖੜੇ ਹੋ ਤੁਸੀਂ ਹਰ ਲੋਕ ਨੂੰ ਦੇਖ ਰਹੇ ਹੋ ਡਰ ਲੱਗਦਾ ਪਿਆ ਨਹੀਂ ਮੈਂ ਤਾਂ ਘਰੋਂ ਆਉਂਦਾ ਕਰਦੇ ਮੈਨੂੰ ਭੇਜਦੇ ਨਹੀਂ ਅੱਛਾ ਇਹ ਗੱਲ ਇਹ ਮੇਰੇ ਸਾਹਮਣੇ ਜਿਹੜਾ ਸ਼ਖਸ ਖੜਾ ਹੋਇਆ ਇਹ ਜਿੰਦਾ ਵੈ ਇਹ ਮਰਿਆ ਨਹੀਂ ਹੋਇਆ ਵਿਚਾਰਾ ਆਪਣੀ ਫਾਈਲ ਲੈ ਕੇ ਘੁੰਮ ਰਿਹਾ ਵੈ ਕਿ ਇਹਨੂੰ ਮਰਿਆ ਕਰਤਾ ਦਾ ਸੰਸਕਾਰ ਕਰਤਾ ਦੇ ਫੁੱਲ ਵੀ ਤਾਰ ਦਿੱਤੇ ਗਏ ਫੁੱਲ ਵੀ ਤਾਰ ਦਿੱਤੇ ਗਏ ਅਤੇ ਇਹਦੀਆਂ ਅਸਥੀਆਂ ਵੀ ਜਲਾ ਦਿੱਤੀਆਂ ਗਈਆਂ ਅਤੇ ਇਹਦੀ ਬੋਡੀ ਵੀ ਜਲਾ ਦਿੱਤੀ ਗਈ ਇਹ ਰੱਬ ਦੇ ਨਾਲ ਇਹਦੀ ਯਾਰੀ ਸੀਗੀ ਇਸ ਕਰਕੇ ਇਹ ਵਾਪਸ ਆ ਗਿਆ ਇਹਨੂੰ ਭੇਜ ਦਿੱਤਾ ਗਿਆ ਕਿ ਰੱਬ ਕਹਿੰਦਾ ਤੂੰ ਉਹੀ ਜਿਹੜਾ ਤੇਰਾ ਸਰੀਰ ਜਲਾਇਆ ਸੀ ਨਾ ਉਸੇ ਸਰੀਰ 'ਚ ਤੂੰ ਵਾਪਸੀ ਜਾਣਾ ਵੈ ਉਹੀ ਤੈਨੂੰ ਰੂਪ ਵਾਪਸ ਦਿੱਤਾ ਜਾ ਰਿਹਾ ਵੈ ਹੱਸਦੇ ਜ਼ਰੂਰ ਹੋਵੋਗੇ ਤੁਸੀਂ ਵੀ ਕਿਉਂਕਿ ਇਹ ਸ਼ਖਸ ਕੌਲ ਖੜਾ ਵੈ ਰੱਬ ਨੇ ਜਦੋਂ ਇੱਕ ਵਾਰੀ ਬੰਦੇ ਨੂੰ ਬੁਲਾ ਲਿਆ ਤਾਂ ਉਹ ਸਰੀਰ ਦਾ ਸੰਸਕਾਰ ਹੋ ਗਿਆ ਤਾਂ ਉਹ ਸਰੀਰ ਦੇ ਵਿੱਚ ਉਹੀ ਆਤਮਾ ਕਿੱਥੋਂ ਆਜੂਗੀ ਅਗਰ ਇਹ ਬੰਦਾ ਜਿੰਦਾ ਵੈ ਤਾਂ ਆਖੀ ਜਿਹੜੇ ਕਾਰਪੋਰੇਸ਼ਨ ਦੇ ਅਧਿਕਾਰੀਆਂ ਨੇ ਨਕਲੀ ਜੇ ਜਾਲੀ ਡੈਥ ਸਰਟੀਫਿਕੇਟ ਬਣਾਏ ਤਾਂ ਉਹਨਾਂ ਦੇ ਗਾਜ ਕਿਉਂ ਨਹੀਂ ਡਿੱਗੇਗੀ ਇੱਕ ਵੱਡਾ ਸਵਾਲ ਹੈ ਕਿ ਆਖਿਰ ਉਹ ਅਧਿਕਾਰੀ ਜਿਹੜੇ ਬੈਠੇ ਹੋਏ ਨੇ ਏਸ਼ੀਆ ਦੇ ਵਿੱਚ ਜਾਲੀ ਸਰਟੀਫਿਕੇਟ ਬਣਾ ਦਿੰਦੇ ਨੇ ਜ਼ਮੀਨ ਵਿਚਾਰੀ ਚਲੀ ਗਈ ਅਤੇ ਡੀਸੀ ਦਫ਼ਤਰ ਧੱਕੇ ਖਾਣ ਨੂੰ ਮਜਬੂਰ ਹੋ ਗਿਆ ਕਿ ਮੈਨੂੰ ਇਨਸਾਫ ਦਿਓ ਇਨਸਾਫ ਦਿਓ ਇਨਸਾਫ ਦਿਓ ਅਤੇ ਮੈਂ ਜਿੰਦਾ ਹੂੰ ਇਹ ਕਾਗਜ਼ 'ਤੇ ਫਾਈਲ ਨਾ ਲੈ ਕੇ ਬੈਠੇ ਕਿ ਮੈਂ ਜਿੰਦਾ ਹੂੰ ਸ਼ਖਸ ਨੇ ਆਪਣੇ ਸਾਰੇ ਪ੍ਰੂਫ ਦਿਖਾਤੇ ਕਿ ਮੈਂ ਹਜੇ ਵੀ ਜਿੰਦਾ ਮਰਿਆ ਨਹੀਂ ਹਾਂ ਮੇਰਾ ਸੰਸਕਾਰ ਨਹੀਂ ਹੋਇਆ ਲੇਕਿਨ ਕਾਗਜ਼ਾਂ ਦੇ ਵਿੱਚ ਤਾਂ ਸੰਸਕਾਰ ਵੀ ਹੋ ਗਿਆ ਫੁੱਲ ਵੀ ਤਾਰ ਦਿੱਤੇ ਗਏ ਲੇਕਿਨ ਡੀਸੀ ਦਫ਼ਤਰ ਲਗਾਤਾਰ ਆਪਣੀ ਮੰਗ ਨੂੰ ਲੈ ਕੇ ਮੈਂ ਜਿੰਦਾ ਹੂੰ ਮੈਂ ਜਿੰਦਾ ਹੂੰ ਦੇ ਕਾਗਜ਼ ਫੜ ਕੇ ਲਗਾਤਾਰ ਘੁੰਮ ਰਿਹਾ ਕਿ ਮੈਨੂੰ ਇਨਸਾਫ ਮਿਲ ਜਾਉਣ ਦੇਖਦੇ ਹਾਂ ਇਨਸਾਫ ਇਹ ਖਾਲੀ ਡੱਬਿਆਂ 'ਚ ਰਹਿ ਜੂਗਾ ਇਹ ਫਾਈਲਾਂ 'ਚ ਰਹਿ ਜੂਗਾ ਕਿ ਇਨਸਾਫ 'ਚ ਉਹਨੂੰ ਸੱਚਮੁੱਚ ਯਕੀਨੀ ਜ਼ਿੰਦਾ ਆਦਮੀ ਬਣਾਉਣਗੇ ਲੁਧਿਆਣਾ ਕਹਿਣਾ ਮੈਂ ਹਨੀ ਦੇ ਨਾਲ ਵਿਸ਼ਾਲ ਕਪੂਰ ਲੁਧਿਆਣਾ ਲਾਈਵ